ਜਿਹੜੇ ਬੰਦੇ ਵੀ ਮੈਨੂੰ ਗਲਤ ਕਮੈਂਟ ਕਰ ਰਹੇ ਨੇ ਉਧਰੋਂ ਆ ਕੇ, ਨਾ ਭਾਈ ਮੈਂ ਗਰੀਸ ਲਾਈ ਏ, ਨਾ ਮੈਂ ਕਿਸੇ ਦੀ ਝੋਲੀ 'ਚ ਬਹਿ ਕੇ ਬ੍ਰੋਡਕਾਸਟਿੰਗ ਸਿੱਖੀ ਹੈ, ਠੀਕ ਹੈ? ਸਮਝ ਆਈ? ਤੁਹਾਡੀ ਸਾਰਿਆਂ ਬੰਦਿਆਂ ਦੀ ਬਿਲਾ ਵਜੋਂ ਰਿਸਪੈਕਟ ਕਰੀ ਦੀ, ਤੁਸੀਂ ਕੋਈ ਮੈਨੂੰ ਦਾਣੇ ਨਹੀਂ ਦਿੰਦੇ, ਠੀਕ ਹੈ? ਸਮਝ ਆਈ? ਮੈਂ ਆਪਣੇ ਬੰਦੇ ਇਕੱਠੇ ਕੀਤੇ ਨੇ, ਮੇਰੇ ਆਪਣੇ ਲੋਕ ਨੇ, ਮੈਂ ਆਪ ਐਂਟਰਟੇਨਰ ਬੰਦਾ, ਆਪ ਐਂਟਰਟੇਨ ਕਰਨਾ, ਠੀਕ ਹੈ? ਸੋ ਜਿਹੜੇ ਬੰਦੇ ਮੈਨੂੰ ਗਲਤ ਕਮੈਂਟ ਕਰ ਰਹੇ ਨੇ, ਜਨਾਬ ਮੇਰੀ ਤੁਸੀਂ ਉਹ ਤੋਂ ਇੱਥੋਂ ਨਿਕਲਦੇ ਹੋ, ਠੀਕ ਹੈ? ਨਾ ਮੈਨੂੰ ਅਬਿਊਜ਼ਰ ਚਾਹੀਦੇ ਨੇ, ਨਾ ਮੈਂ ਅਬਿਊਜ਼ਰ ਬੰਦਾ, ਠੀਕ ਹੈ? ਨਾ ਮੈਂ ਅਬਿਊਜ਼ਰਾਂ ਨੂੰ ਐਪਰੀਸ਼ੀਏਟ ਕਰਨਾ, ਠੀਕ ਹੈ? ਮੇਰੀ ਬਰੋਡ ਇੱਕ ਅੱਛੀ ਬਰੋਡ ਹੈ, ਮੇਰੀ ਬਰੋਡ ਨੂੰ ਫੈਮਲੀਆਂ ਵੇਂਦੀਆਂ ਨੇ, ਠੀਕ ਹੈ? ਅੱਛੇ ਲੋਕ ਮੈਨੂੰ ਵੇਂਦੇ ਨੇ, ਥੱਲੇ ਕੁੜੀਆਂ ਵੇਖਦੀਆਂ ਨੇ, ਸਮਝ ਆਈ? ਨਾ ਮੈਂ ਅਬਿਊਜ਼ਰ ਬੰਦੇ ਨੂੰ ਪ੍ਰਮੋਟ ਕੀਤਾ ਕਦੀ, ਨਾ ਮੈਂ ਕਦੀ ਅਬਿਊਜ਼ਰ ਬੰਦੇ ਦਾ ਭਰਾ, ਨਾ ਮੈਂ ਕਦੀ ਅਬਿਊਜ਼ਰ ਬੰਦੇ ਦਾ ਸਾਥੀ ਹਾਂ। ਸਿੱਧੇ ਸਿੰਪਲ ਬੰਦੇ ਦੇ ਅਸੀਂ ਯਾਰ ਵੀ ਹਾਂ, ਸਿੱਧੇ ਸਿੰਪਲ ਬੰਦੇ ਦੇ ਅਸੀਂ ਬੇਲੀ ਵੀ ਹਾਂ, ਠੀਕ ਹੈ? ਸਮਝ ਆਈ? ਜਿਹੜੇ ਬੰਦੇ ਸਰਕਾਰ ਮੇਰੀ ਥੱਲੇ ਗਲਤ ਕਮੈਂਟ ਕਰਦੇ ਨੇ, ਜ਼ੋਰਾਂ ਪਰਾਂ ਗੱਲਬਾਤ ਕਰਦੇ ਨੇ, ਤੁਸੀਂ ਆਪਣੇ ਘਰਾਂ ਵਿੱਚ ਵੀ ਨਜ਼ਰ ਮਾਰੋ, ਤੁਹਾਡੀਆਂ ਵੀ ਭੈਣਾਂ ਨੇ, ਤੁਹਾਡੀਆਂ ਵੀ ਮਾਵਾਂ ਨੇ, ਠੀਕ ਹੈ? ਆਪਣੇ ਗਰੀਬਾਂ 'ਚ ਪਹਿਲਾਂ ਝਾਕੋ, ਠੀਕ ਹੈ? ਹਾਂਜੀ, ਬਾਜ਼ਾਰ 'ਚ ਕਿਸੇ ਦੀ ਧੀ ਲੱਗੀ ਜਾਂਦੀ ਹੋਈ ਜਾਂ ਭੈਣ ਲੱਗੀ ਜਾਂਦੀ ਹੋਵੇ ਨਾ, ਅਤੇ ਉਹਨੂੰ ਅੱਖਾਂ ਖੋਲ੍ਹ ਖੋਲ੍ਹ ਕੇ ਵੇਖੋ ਨਾ, ਅਤੇ ਕੱਲ੍ਹ ਨੂੰ ਤੁਹਾਡੀ ਅਤੇ ਤੁਹਾਡੀ ਮਾਂ ਨੇ ਵੀ ਬਾਹਰ ਜਾਣਾ ਹੈ। 50 ਬੰਦਾ ਉਹਨੂੰ ਵੇਖੇਦਾ, ਤੁਸੀਂ ਇੱਕ ਕਿਸੇ ਦਿਨ ਵੇਖੇ ਤਾਂ ਤੁਹਾਡੀ ਨੂੰ 50 ਵੇਖੇਦਾ, ਠੀਕ ਹੈ? ਹਾਂ, ਅਤੇ ਲਿਆਦਾ ਸਮਝੋ ਇਸ ਗੱਲ ਨੂੰ, ਕਿਆਮਤ ਨੇੜੇ ਆਉਣ ਲੱਗੀ ਏ। ਉਹ ਆਇਆ ਮੇਰਾ ਯਾਰ ਗੁੱਜਰ, ਗੁੱਜਰ ਸਾਹਿਬ ਵੈਲਕਮ, ਗੁੱਜਰ ਸਾਹਿਬ ਈਦ ਮੁਬਾਰਕ। ਵੱਡਾ ਬੰਦਾ ਪੈਸੇ ਨਾਲ ਨਹੀਂ ਹੁੰਦਾ, ਅਤੇ ਵੱਡਾ ਬੰਦਾ ਜਨਾਬ ਮੇਰੀ ਕਿਸੇ ਜ਼ਮੀਨ ਜਾਇਦਾਦ ਨਾਲ ਨਹੀਂ ਹੁੰਦਾ, ਵੱਡਾ ਬੰਦਾ ਹੁੰਦਾ ਸਰਕਾਰ ਮੇਰੀ